ਕਿੱਥੇ ਸੀ ਬੰਦੇ ਸਾਰੇ ਜਦੋਂ ਮੈਂ ਬਨੂੜ ਸੀ ਆਇਆ ਉਹ ਆਸ਼ਰਮ ਵਿੱਚ ਮੈਨੂੰ ਦੇ ਬੜੇ ਲਾਰੇ ਲਾ ਕੇ ਗਿਆ ਸੀ ਸਤੀਸ਼ ਮੈਂ ਤੈਨੂੰ ਲੈ ਕੇ ਚਲਾਂਗਾ ਨਹੀਂ ਲੈ ਕੇ ਗਿਆ। ਕਿਸੇ ਸਮੇਂ ਪੰਜਾਬੀ ਫਿਲਮ ਜਗਤ ਦੇ ਸਿਤਾਰੇ ਰਹੇ ਸਤੀਸ਼ ਕੌਲ ਨੇ ਯੋਗਰਾਜ ਸਿੰਘ ਤੇ ਵੱਡਾ ਇਲਜ਼ਾਮ ਲਗਾਇਆ ਤੇ ਉਹਨਾਂ ਨੂੰ ਠੋਕਵਾਂ ਜਵਾਬ ਦਿੱਤਾ। ਸਤੀਸ਼ ਕੌਲ ਨੇ ਆਖਿਆ ਕਿ ਉਹਨਾਂ ਯੋਗਰਾਜ ਸਿੰਘ ਦਾ ਕੁਝ ਨਹੀਂ ਵਿਗਾੜਿਆ ਪਰ ਫਿਰ ਵੀ ਯੋਗਰਾਜ ਉਹਨਾਂ ਨਾਲ ਗਲਤ ਕਰ ਰਿਹਾ। ਹੋਰ ਕੀ ਕੁਝ ਤੇ ਕਿਉਂ ਕਿਹਾ ਸਤੀਸ਼ ਨੇ ਅਜਿਹਾ ਪਹਿਲਾਂ ਉਹ ਸੁਣੋ। ਉਹਨੂੰ ਪੁੱਛੋ ਮਾਂ ਦੇ ਪੁੱਤ ਨੂੰ ਕਦੇ ਮੈਂ ਉਹਦਾ ਕੀ ਵਿਗਾੜਿਆ। ਮੈਂ ਬੀਪੀ ਦਾ ਪੇਸ਼ੈਂਟ ਹਾਂ, ਅਗਰ ਕੁਛ ਹੋ ਗਿਆ ਨਾ ਮੈਨੂੰ ਮੇਰੀ ਮੌਤ ਦਾ ਜ਼ਿੰਮੇਵਾਰ ਉਹੀ ਹੋਊਗਾ। ਇਹ ਲੇਡੀ ਜਿਹੜੀ ਹੈ ਇਹਨੇ ਆਪਣੀ ਜ਼ਿੰਦਗੀ ਵਾਰ ਦਿੱਤੀ। ਅਕਾਊਂਟ ਨੰਬਰ ਕੀ ਹੁੰਦਾ, ਕਿੰਨੇ ਦਿੱਤੇ ਮੈਨੂੰ 20 ਲੱਖ ਰੁਪਏ। ਅਗਰ ਮੇਰੇ ਕੋਲ ਹੁੰਦੇ ਤਾਂ ਮੈਂ ਆਪਣੇ, ਮੇਰੇ ਕੋਲ ਗੱਡੀ ਨਹੀਂ ਹੁੰਦੀ, ਚਾਰ ਚਾਰ ਅਟੈਂਡੈਂਟ ਹੁੰਦੇ, ਮੈਂ ਇੱਕ ਨਿਮਾਣਾ ਜਿਹਾ ਐਕਟਰ ਹੈਗਾ। ਇਸ ਲੇਡੀ 'ਤੇ ਲਾਂਛਨ ਲਾਉਂਦੀ, ਉਹਦੀ ਹਿੰਮਤ ਕਿਸ ਤਰ੍ਹਾਂ ਹੋਈ? ਜਿਸ ਔਰਤ ਨੇ ਮੇਰੀ ਇੰਨੀ ਸੇਵਾ ਕੀਤੀ ਹੈ, ਕੋਈ ਮਾਂ ਦਾ ਪੁੱਤ ਨਹੀਂ ਦੇਖਣ ਆਇਆ, ਔਰ ਮੈਂ ਬੀਪੀ ਦਾ ਪੇਸ਼ੈਂਟ ਹਾਂ, ਅਗਰ ਮੈਨੂੰ ਕੁਛ ਹੋ ਗਿਆ ਨਾ ਉੱਥੇ ਜਾ ਕੇ, ਉਹਦਾ ਜ਼ਿੰਮੇਦਾਰ ਉਹੀ ਹੋਏਗਾ ਬੰਦਾ। ਫੋਰਨ ਤੋਂ ਆਉਂਦੇ ਨੇ ਥੋੜ੍ਹੇ ਬਹੁਤ ਮਾੜੇ ਮੋਟੇ ਪੈਸੇ, ਇਹਨੇ ਫੋਨ ਕਰਕੇ ਉਹ ਵੀ ਬੰਦ ਕਰਵਾ ਦਿੱਤੇ। ਕੀ ਮਿਲਦਾ ਇਹਨੂੰ? ਮੈਂ ਤਾਂ ਕੀ ਵਿਗਾੜਿਆ ਦੱਸੋ। 7 ਫੋਨ ਕਰਦਾ ਰਾਤ, ਮੈਂ ਸੌਂਦਾ ਨਹੀਂ, ਮੈਂ ਪਿਛਲੇ 6 ਮਹੀਨੇ ਕਰ ਉਹਦੇ ਕਰਕੇ ਸੋਇਆ ਨਹੀਂ ਹੈਗਾ। ਅਗਰ ਕੁਛ ਹੋ ਗਿਆ ਨਾ ਮੈਨੂੰ ਮੇਰੀ ਮੌਤ ਦਾ ਜ਼ਿੰਮੇਦਾਰ ਉਹੀ ਹੋਊਗਾ। ਪਤਾ ਨਹੀਂ ਕਿਉਂ ਸੱਤਿਆ ਦੇਵੀ ਜੀ ਉਹਨੂੰ ਉੱਥੋਂ ਆਉਣ ਨਹੀਂ ਦਿੰਦੇ। ਇਸ ਲੇਡੀ 'ਤੇ ਲਾਂਛਨ ਲਾਉਂਦੀ, ਉਹਦੀ ਹਿੰਮਤ ਕਿਸ ਤਰ੍ਹਾਂ ਹੋਈ? ਸਾਡੇ ਦੋਵਾਂ ਦੇ ਪਿੱਛੇ ਕਿਉਂ ਲੱਗਿਆ ਉਹ ਦੱਸੋ। ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕੱਢੀਆਂ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂ, ਔਰ ਸਤੀਸ਼ ਰੋ ਪਿਆ। ਮੈਂ ਕੀ ਗੱਲ ਹੈ, ਕਦੇ ਨਹੀਂ ਰੋਇਆ ਮੈਂ ਜ਼ਿੰਦਗੀ 'ਚ, ਕਦੇ ਨਹੀਂ ਰੋਇਆ, ਕਿਉਂ ਰੋਵਾਂ ਮੈਂ? ਇੱਕ ਲੇਡੀ ਕਿੱਥੇ ਸੀ ਬੰਦੇ ਸਾਰੇ ਜਦੋਂ ਮੈਂ ਬਨੂੜ ਸੀ ਆਇਆ ਉਹ ਆਸ਼ਰਮ ਵਿੱਚ ਮੈਨੂੰ ਦੇ ਬੜੇ ਲਾਰੇ ਲਾ ਕੇ ਗਿਆ ਸੀ ਸਤੀਸ਼ ਮੈਂ ਤੈਨੂੰ ਲੈ ਕੇ ਚਲਾਂਗਾ ਨਹੀਂ ਲੈ ਕੇ ਗਿਆ। ਕਿਸੇ ਸਮੇਂ ਪੰਜਾਬੀ ਫਿਲਮ ਜਗਤ ਦੇ ਸਿਤਾਰੇ ਰਹੇ ਸਤੀਸ਼ ਕੌਲ ਨੇ ਯੋਗਰਾਜ ਸਿੰਘ ਤੇ ਵੱਡਾ ਇਲਜ਼ਾਮ ਲਗਾਇਆ ਤੇ ਉਹਨਾਂ ਨੂੰ ਠੋਕਵਾਂ ਜਵਾਬ ਦਿੱਤਾ। ਸਤੀਸ਼ ਕੌਲ ਨੇ ਆਖਿਆ ਕਿ ਉਹਨਾਂ ਯੋਗਰਾਜ ਸਿੰਘ ਦਾ ਕੁਝ ਨਹੀਂ ਵਿਗਾੜਿਆ ਪਰ ਫਿਰ ਵੀ ਯੋਗਰਾਜ ਉਹਨਾਂ ਨਾਲ ਗਲਤ ਕਰ ਰਿਹਾ। ਹੋਰ ਕੀ ਕੁਝ ਤੇ ਕਿਉਂ ਕਿਹਾ ਸਤੀਸ਼ ਨੇ ਅਜਿਹਾ ਪਹਿਲਾਂ ਉਹ ਸੁਣੋ। ਉਹਨੂੰ ਪੁੱਛੋ ਮਾਂ ਦੇ ਪੁੱਤ ਨੂੰ ਕਦੇ ਮੈਂ ਉਹਦਾ ਕੀ ਵਿਗਾੜਿਆ। ਮੈਂ ਬੀਪੀ ਦਾ ਪੇਸ਼ੈਂਟ ਹਾਂ, ਅਗਰ ਕੁਛ ਹੋ ਗਿਆ ਨਾ ਮੈਨੂੰ ਮੇਰੀ ਮੌਤ ਦਾ ਜ਼ਿੰਮੇਦਾਰ ਉਹੀ ਹੋਊਗਾ। ਇਹ ਲੇਡੀ ਜਿਹੜੀ ਹੈ ਇਹਨੇ ਆਪਣੀ ਜ਼ਿੰਦਗੀ ਵਾਰ ਦਿੱਤੀ। ਅਕਾਊਂਟ ਨੰਬਰ ਕੀ ਹੁੰਦਾ, ਕਿੰਨੇ ਦਿੱਤੇ ਮੈਨੂੰ 20 ਲੱਖ ਰੁਪਏ। ਅਗਰ ਮੇਰੇ ਕੋਲ ਹੁੰਦੇ ਤਾਂ ਮੈਂ ਆਪਣੇ, ਮੇਰੇ ਕੋਲ ਗੱਡੀ ਨਹੀਂ ਹੁੰਦੀ, ਚਾਰ ਚਾਰ ਅਟੈਂਡੈਂਟ ਹੁੰਦੇ, ਮੈਂ ਇੱਕ ਨਿਮਾਣਾ ਜਿਹਾ ਐਕਟਰ ਹੈਗਾ। ਇਸ ਲੇਡੀ 'ਤੇ ਲਾਂਛਨ ਲਾਉਂਦੀ, ਉਹਦੀ ਹਿੰਮਤ ਕਿਸ ਤਰ੍ਹਾਂ ਹੋਈ? ਜਿਸ ਔਰਤ ਨੇ ਮੇਰੀ ਇੰਨੀ ਸੇਵਾ ਕੀਤੀ ਹੈ, ਕੋਈ ਮਾਂ ਦਾ ਪੁੱਤ ਨਹੀਂ ਦੇਖਣ ਆਇਆ, ਔਰ ਮੈਂ ਬੀਪੀ ਦਾ ਪੇਸ਼ੈਂਟ ਹਾਂ, ਅਗਰ ਮੈਨੂੰ ਕੁਛ ਹੋ ਗਿਆ ਨਾ ਉੱਥੇ ਜਾ ਕੇ, ਉਹਦਾ ਜ਼ਿੰਮੇਦਾਰ ਉਹੀ ਹੋਏਗਾ ਬੰਦਾ। ਫੋਰਨ ਤੋਂ ਆਉਂਦੇ ਨੇ ਥੋੜ੍ਹੇ ਬਹੁਤ ਮਾੜੇ ਮੋਟੇ ਪੈਸੇ, ਇਹਨੇ ਫੋਨ ਕਰਕੇ ਉਹ ਵੀ ਬੰਦ ਕਰਵਾ ਦਿੱਤੇ। ਕੀ ਮਿਲਦਾ ਇਹਨੂੰ, ਮੈਂ ਤਾਂ ਕੀ ਵਿਗਾੜਿਆ ਦੱਸੋ।